ਸਮੁੱਚੀ ਨਾਨਕ ਨਾਮਲੇਵਾ ਸੰਗਤ ਅਤੇ ਸਿੱਖ ਕੌਮ ਵਾਸਤੇ 9 ਨਵੰਬਰ ਦਾ ਦਿਨ ਜਿਹੜਾ ਹੈਗਾ ਬੜਾ ਇਤਿਹਾਸਿਕ ਦਿਨ ਹੋਣ ਜਾ ਰਿਹਾ, ਕਿਉਂਕਿ ਇਸ ਦਿਨ 9 ਨਵੰਬਰ ਨੂੰ ਕਰਤਾਰਪੁਰ ਕੋਰੀਡੋਰ ਦੀ ਉਦਘਾਟਨ ਹੋਣ ਜਾ ਰਿਹਾ ਅਤੇ ਜਿਹੜੇ ਵਿਛੜੇ ਗੁਰੂ ਧਾਮਾਂ ਦੇ ਦਰਸ਼ਨਾਂ ਵਾਸਤੇ ਲਗਾਤਾਰ ਸਮੁੱਚੀ ਸਿੱਖ ਸੰਗਤ ਵੱਲੋਂ ਅਪੀਲ ਕੀਤੀ ਜਾ ਰਹੀ ਸੀ, ਉਹ ਅਪੀਲ ਜਿਹੜੀ ਹੈਗੀ ਅਰਦਾਸ ਆ ਉਹ ਕਬੂਲ ਹੋਣ ਜਾ ਰਹੀ ਆ ਅਤੇ ਇਸ ਸੰਬੰਧੀ ਕਈ ਪ੍ਰੋਗਰਾਮ ਰੱਖੇ ਗਏ ਨੇ। 9 ਨਵੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਡੇਰਾ ਬਾਬਾ ਨਾਨਕ ਦੇ ਵਿੱਚ ਆ ਕੇ ਕਰਤਾਰਪੁਰ ਕੋਰੀਡੋਰ ਦਾ ਉਦਘਾਟਨ ਕਰਨਗੇ ਅਤੇ ਲਗਾਤਾਰ ਸਮਾਗਮ ਹੋਰ ਵੀ ਰੱਖੇ ਗਏ ਨੇ। ਕਿਸ ਤਰ੍ਹਾਂ ਦੇ ਸਮਾਗਮ ਰੱਖੇ ਗਏ ਆ ਜਾਣਕਾਰੀ ਲੈ ਲੈਣੇ ਆ, ਸਾਡੇ ਨਾਲ ਮੌਜੂਦ ਨੇ ਸੀਨੀਅਰ ਅਕਾਲੀ ਆਗੂ ਵਿਕਰਮ ਸਿੰਘ ਮਜੀਠੀਆ ਜੀ। ਮਜੀਠੀਆ ਸਾਹਿਬ, 9 ਨਵੰਬਰ ਨੂੰ ਪ੍ਰਧਾਨ ਮੰਤਰੀ ਸਾਹਿਬ ਆ ਰਹੇ ਨੇ ਉਦਘਾਟਨ ਕਰ ਰਹੇ ਨੇ ਕਰਤਾਰਪੁਰ ਕੋਰੀਡੋਰ ਦਾ, ਕਿਸ ਤਰ੍ਹਾਂ ਦੇ ਸਮਾਗਮ ਰੱਖੇ ਗਏ ਨੇ? ਦੇਖੋ, ਗੁਰੂ ਸਾਹਿਬ ਦੀ ਅਪਾਰ ਬਖਸ਼ਿਸ਼ ਸਦਕਾ ਇੰਨੇ ਟੈਂਸ ਮਾਹੌਲ ਦੇ ਬਾਵਜੂਦ ਜੇ ਦੋ ਮੁਲਕ ਆਪਸ 'ਚ ਗੱਲ ਨਹੀਂ ਕਰਦੇ, ਇਕਨੋਮਿਕ ਟ੍ਰੇਡ ਬੰਦ ਹੈ, ਸਭ ਕੁਝ ਬੰਦ ਹੈ, ਮਗਰ ਸੱਚੇ ਪਾਤਸ਼ਾਹ ਦੀ ਗੁਰੂ ਨਾਨਕ ਸਾਹਿਬ ਦੀ ਬਖਸ਼ਿਸ਼ ਕਿਰਪਾ ਦੇਖੋ ਕਿ ਦੋਵੇਂ ਮੁਲਕ ਪੱਬਾ ਭਾਰ ਹੋਏ ਆ ਕਿ ਕੋਰੀਡੋਰ ਖੁੱਲ੍ਹੇ। 9 ਤਰੀਕ ਨੂੰ ਜੋ ਹਜ਼ਾਰਾਂ ਹੀ ਕਰੋੜ ਪ੍ਰਧਾਨ ਮੰਤਰੀ ਸਾਹਿਬ ਨੇ ICP ਬਣਾਉਣ ਲਈ ਆ ਸੜਕ ਬਣਾਉਣ ਲਈ ਖਰਚ ਕੀਤਾ, ਪ੍ਰਬੰਧਾਂ ਲਈ ਖਰਚ ਕੀਤਾ, ਉਹਨੂੰ ਉਹ ਡੈਡੀਕੇਟ ਕਰਨ ਵਾਸਤੇ ਜੋ ਵੈਂਕਈਆ ਨਾਇਡੂ ਜੀ ਗਡਕਰੀ ਸਾਹਿਬ 25 ਨਵੰਬਰ 2018 ਨੂੰ ਖੋਲ੍ਹ ਕੇ ਗਏ ਸੀ, ਅੱਜ ਉਹ ਤਿਆਰ ਹੋ ਗਿਆ, ਉਹਨੂੰ ਸੰਗਤਾਂ ਨੂੰ ਡੈਡੀਕੇਟ ਕਰਨ ਨੂੰ, ਕਿਉਂਕਿ ਸੰਗਤਾਂ ਦੀ ਅਰਦਾਸ ਸੁਣੀ ਗਈ ਹੈ ਗੁਰੂ ਨਾਨਕ ਨਾਮ ਲੇਵਾ ਸੰਗਤ ਦੀ, ਉਸ ਅਰਦਾਸ ਵਜੋਂ ਅੱਜ ਮੈਂ ਸਮਝਦਾ ਇਹ ਕੋਰੀਡੋਰ ਖੁੱਲ੍ਹਿਆ ਔਰ ਉਸ ਨੂੰ ਲੋਕਾਂ ਨੂੰ ਡੈਡੀਕੇਟ ਕਰਨ ਵਾਸਤੇ, ਗੁਰੂ ਚਰਨਾਂ 'ਚ ਡੈਡੀਕੇਟ ਕਰਨ ਵਾਸਤੇ ਪ੍ਰਧਾਨ ਮੰਤਰੀ ਸਾਹਿਬ 9 ਤਰੀਕ ਨੂੰ ਆ ਰਹੇ। ਸਮਾਗਮ ਕਿਸ ਤਰ੍ਹਾਂ ਦੇ ਰੱਖੇ ਗਏ ਨੇ? ਇੱਕ ਉਦਘਾਟਨ ਹੋਣਾ, ਇੱਕ ਅਖੰਡਪੁਰ ਸਾਹਿਬ ਦਾ ਅੱਜ ਤੋਂ ਸ਼ੁਰੂਆਤ ਕੀਤੀ ਗਈ ਆ, ਪਰਸੋਂ ਉਸਦੇ ਭੋਗ ਵੀ ਪਾਉਣੇ, ਕਿਸ ਤਰ੍ਹਾਂ ਸਮਾਗਮਾਂ ਦੀ ਲੜੀਵਾਰ ਰਹੇਗੀ? ਇਹ ਸਾਰੇ ਪ੍ਰੋਗਰਾਮ ਜੀ, ਕਿਉਂਕਿ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਸਮਰਪਿਤ ਨੇ, ਲਾਂਘੇ ਨੂੰ ਸਮਰਪਿਤ ਨੇ, ਅਰਦਾਸਾਂ ਬੇਨਤੀਆਂ ਦੇ ਬਾਅਦ ਗੁਰੂ ਦੀ ਬਖਸ਼ਿਸ਼ ਵਧੇ ਬਾਅਦ ਇਹ ਲਾਂਘਾ ਖੁੱਲ੍ਹ ਰਿਹਾ ਅਤੇ ਸੁਭਾਵਿਕ ਹੈ ਸਭ ਤੋਂ ਪਹਿਲਾਂ ਕੰਮ ਜਿਹੜਾ ਕਰਨ ਵਾਲਾ ਸੀ ਕਿ ਅਖੰਡ ਪਾਠ ਸਾਹਿਬ ਰਖਾਏ ਜਾਣੇ ਚਾਹੀਦੇ ਸਨ। ਅੱਜ 7 ਤਰੀਕ ਨੂੰ ਡੇਰਾ ਬਾਬਾ ਨਾਨਕ ਸਾਹਿਬ ਅਖੰਡ ਪਾਠ ਸਾਹਿਬ ਰਖਾਏ ਗਏ ਆ, 9 ਨੂੰ ਭੋਗ ਪੈਣੇ ਆ, ਪਾਠ ਦੀ ਸੰਪੂਰਨਤਾ ਹੀ ਭੋਗ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਇੱਥੇ ਸਟੇਜ 'ਤੇ ਵਿਰਾਜਮਾਨ ਹੋਣਗੇ ਔਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਾਜ਼ਰੀ 'ਚ ਗੁਰੂ ਦੀ ਬਖਸ਼ਿਸ਼ਾਂ, ਗੁਰੂ ਦੀਆਂ ਖੁਸ਼ੀਆਂ ਲੈਂਦੀਆਂ ਹੋਈਆਂ ਸੰਗਤ ਇੱਥੋਂ ਫਿਰ ਕਰਤਾਰਪੁਰ ਲਾਂਘੇ ਦਾ ਆਗਾਜ਼ ਕੀਤਾ ਜਾਵੇਗਾ। ਲਾਂਘੇ ਨੂੰ ਲੈ ਕੇ ਕਾਫੀ ਸਿੱਖ ਸੰਗਤ ਦੇ ਖੁਸ਼ੀ ਵੀ ਹੈ, ਪਰ ਸਟੇਜ ਨੂੰ ਲੈ ਕੇ ਇੱਕ ਸਟੇਜ ਦੀ ਅਕਾਲ ਤਖਤ ਸਾਹਿਬ ਵੱਲੋਂ ਅਪੀਲ ਕੀਤੀ ਗਈ ਸੀ ਕਿ ਇੱਕ ਸਮਾਗਮ ਦੇ ਵਿੱਚ ਸਾਰੇ ਹਾਜ਼ਰ ਹੋਣੇ ਚਾਹੀਦੇ, ਕੀ ਕਹਿਣਾ ਚਾਹੋਗੇ? ਪਰ ਸਟੇਜਾਂ ਅਲੱਗ ਅਲੱਗ ਲੱਗ ਰਹੀਆਂ ਹਜੇ ਵੀ। ਕੋਈ ਇਹ ਸਵਾਲ ਤੁਹਾਡਾ ਕਾਂਗਰਸ ਨੂੰ ਬਣਦਾ, ਕਿਉਂਕਿ ਗਵਰਨਮੈਂਟ ਆਫ ਇੰਡੀਆ ਤਾਂ ਅਕਾਲ ਤਖਤ ਸਾਹਿਬ ਦੇ ਹੁਕਮ ਨੂੰ ਮੰਨਦੇ ਹੋਏ, ਅਕਾਲ ਤਖਤ ਸਾਹਿਬ ਦੇ ਫੈਸਲੇ ਨੂੰ ਮੰਨਦੇ ਹੋਏ ਸਮਰਪਿਤ ਹੋ ਗਈ। ਉਹਨਾਂ ਦਾ ਪ੍ਰੋਗਰਾਮ ਸੀ 9 ਤਰੀਕ ਦਾ, ਕਿਉਂਕਿ ਇਹ ਇੰਟਰਨੈਸ਼ਨਲ ਬਾਉਂਡਰੀਜ਼ ਦਾ ਮੁੱਦਾ, ਕੋਰੀਡੋਰ ਬਣਨੀ ਹੈ ਅਤੇ ਦੋ ਮੁਲਕਾਂ ਦੀ ਆਪਸ ਦੀ ਗੱਲ ਹੈ, ਉਹ ਜਿਹੜਾ ਮਸਲਾ ਸੀ ਸਾਰਾ ਕੋਰੀਡੋਰ ਦਾ, ਪ੍ਰਧਾਨ ਮੰਤਰੀ ਸਾਹਿਬ ਨੇ ਤਾਂ ਅਕਾਲ ਤਖਤ ਸਾਹਿਬ ਜੀ ਦੇ ਫੈਸਲੇ ਨੂੰ ਮੰਨਦੇ ਹੋਏ ਉਹਨਾਂ ਨੂੰ ਸਮਰਪਿਤ ਹੋ ਗਏ। ਇਸ ਲਈ ਇੱਥੇ ਸਟੇਜ ਸਾਰੀ ਜਿਵੇਂ ਅਕਾਲ ਤਖਤ ਸਾਹਿਬ ਦਾ ਹੁਕਮ ਸੀ ਉਸ ਹਿਸਾਬ ਨਾਲ ਚੱਲਣੀ ਹੈ, SGPC ਦੇ ਪ੍ਰਬੰਧ ਹੋਣੇ ਆ ਸਾਰੇ ਔਰ ਉਹਨਾਂ ਨੇ ਚਲਾਉਣੀ। ਹੁਣ ਬਾਕੀ ਜੇ ਕੋਈ ਨਹੀਂ ਮੰਨਦਾ ਉਹ ਦੱਸਣ ਜੀ, ਜਿਨ੍ਹਾਂ ਨੇ ਅਕਾਲ ਤਖਤ ਸਾਹਿਬ ਦੇ ਫੈਸਲੇ ਦੇ ਉਲਟ ਜਾਣਾ ਉਹ ਦੱਸ ਸਕਦੇ, ਮੈਂ ਤਾਂ ਗੱਲ ਨਹੀਂ। ਜੇ ਦੇਸ਼ ਦੀ ਸਰਕਾਰ ਝੁੱਕ ਗਈ ਹੈ ਅਤੇ ਸੂਬੇ ਦੀ ਸਰਕਾਰ ਨੂੰ ਤਾਂ ਪਹਿਲਾਂ ਝੁਕਣਾ ਚਾਹੀਦਾ। ਮੈਂ ਸਮਝ ਇਸ ਪ੍ਰੋਗਰਾਮ ਦੇ ਵਿੱਚ ਕੌਣ ਕੌਣ ਸ਼ਿਰਕਤ ਕਰਨ ਜਾ ਰਿਹਾ ਅਤੇ ਕਿਹਨੂੰ ਕਿਹਨੂੰ? ਸਾਡੇ ਵੱਲੋਂ ਤਾਂ ਜੀ ਪ੍ਰਧਾਨ ਮੰਤਰੀ ਸਾਹਿਬ ਤਾਂ ਆ ਹੀ ਰਹੇ ਆ ਜੀ, ਯੂਨੀਅਨ ਮਿਨਿਸਟਰ ਕਈ ਆ ਰਹੇ ਆ ਜੀ, ਸਾਡੇ ਵੱਲੋਂ ਤਾਂ ਸਾਰੇ ਕਾਂਗਰਸ ਪਾਰਟੀ ਦੇ ਸੂਬੇ ਦੀ ਸਰਕਾਰ ਦੇ, ਮੈਂ ਤਾਂ ਕੱਲ੍ਹ ਵਿਧਾਨ ਸਭਾ 'ਚ ਬੋਲਦੇ ਹਾਂ ਵੀ ਸਭ ਨੂੰ ਬੇਨਤੀ ਕੀਤੀ ਸੀ ਕਿ ਤੁਸੀਂ 9 ਨੂੰ ਜ਼ਰੂਰ ਆਇਓ, 10 ਜਾਂ 11 ਨੂੰ ਅਸੀਂ ਆ ਜਾਵਾਂਗੇ ਅਤੇ 12 ਨੂੰ ਫਿਰ ਤੁਸੀਂ ਜ਼ਰੂਰ ਉੱਥੇ ਆਇਓ। ਸੋ ਅਪੀਲ ਸੱਦਾ ਤਾਂ ਸਭ ਨੂੰ ਹੈ, ਮੁੱਖ ਮੰਤਰੀ ਸਾਹਿਬ ਵੀ ਮੈਨੂੰ ਜੋ ਆਇਆ ਪਤਾ ਲੱਗਿਆ ਉਹ ਵੀ ਆ ਰਹੇ ਆ, ਕੁਛ ਵਜ਼ੀਰ ਸਾਹਿਬਾਨ ਵੀ ਸ਼ਾਇਦ ਆਉਣਗੇ, ਚੰਗੀ ਗੱਲ ਹੈ ਜੀ। ਇਹ ਗੁਰੂ ਦਾ ਕੰਮ ਹੈ, ਗੁਰੂ ਦੀ ਬਖਸ਼ਿਸ਼ ਨਾਲ ਇਹ ਲਾਂਘਾ ਖੁੱਲ੍ਹ ਰਿਹਾ, ਗੁਰੂ ਦੀਆਂ ਖੁਸ਼ੀਆਂ ਲੈਣ ਦਾ ਮੌਕਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਾਜ਼ਰੀ 'ਚ ਹੀ ਸਾਰਾ ਕੰਮ ਹੋਣਾ ਅਤੇ ਵੱਧ ਚੜ੍ਹ ਕੇ ਆਉਣ ਸਾਰੇ ਔਰ ਸਰਬੱਤ ਦੇ ਭਲੇ ਦੀ ਅਰਦਾਸ ਕਰੀਏ, ਇਹ ਤੋਂ ਵੱਡੀ ਗੱਲ ਕੀ ਹੋ ਸਕਦੀ ਹੈ। ਇੱਕ ਅੱਜ ਵਿਧਾਨ ਸਭਾ ਦਾ ਸੈਸ਼ਨ ਵੀ ਚੱਲ ਰਿਹਾ, ਕੁਛ ਮਤੇ ਪਾਸ ਹੋਏ ਆ ਦਰਬਾਰ ਸਾਹਿਬ ਦੇ ਵਿੱਚ, ਮਹਿਲਾਵਾਂ ਨੂੰ ਕੀਰਤਨ ਕਰਨ ਦੀ ਜਿਹੜੀ ਹੈਗਾ ਇਜਾਜ਼ਤ ਸੰਬੰਧੀ ਇੱਕ ਮਤਾ ਪਾਸ ਹੋਇਆ, ਕੀ ਕਹਿਣਾ ਚਾਹੋਗੇ ਇਸ ਮਤੇ ਸੰਬੰਧੀ? ਦੇਖੋ, ਸਭ ਤੋਂ ਪਹਿਲਾਂ ਮੈਂ ਇੱਕ ਤੁਹਾਡੇ ਪਿਛਲੇ ਸਵਾਲ ਦਾ ਜਵਾਬ ਦਿੰਦਿਆਂ ਗੱਲ ਦੱਸਦਿਆਂ ਕਿ ਇਹਦੇ 'ਚ BJP ਦੇ ਪ੍ਰਧਾਨ ਸਾਹਿਬ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ, ਕਾਂਗਰਸ ਦੇ ਪ੍ਰਧਾਨ ਸਾਹਿਬ, ਸਾਰੀ ਪਾਰਟੀਆਂ ਦੇ ਸਭ ਨੂੰ ਸੱਦਾ ਪੱਤਰ ਗਿਆ ਕਿ ਤੁਸੀਂ ਜ਼ਰੂਰ ਆਇਓ। ਇਸ ਲਈ ਸਭ ਨੂੰ ਮੇਰੀ ਅਪੀਲ ਹੈ ਕਿ ਇਹ ਸਟੇਜ ਗੁਰੂ ਨਾਨਕ ਸਾਹਿਬ ਦੀ ਹੈ, ਇਹ ਸਟੇਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਅਗਵਾਈ ਹੇਠ ਹੈ, ਸਾਰੇ ਆਓ, ਗੁਰੂ ਦੀਆਂ ਖੁਸ਼ੀਆਂ ਲਓ। ਜਿਹੜੇ ਮਤੇ ਦੀ ਗੱਲ ਤੁਸੀਂ ਕੀਤੀ ਹੈ, ਬੜੀ ਹੈਰਾਨਗੀ ਦੀ ਗੱਲ ਹੈ ਕਿ ਹੁਣ
कुछ लोग जेडे गुरमर्यादा नू नहीं समझते, क्योंकि विधानसभा च हर किस्म का बंदा जी, कोई नॉन वैज खाता है, कोई वैज खाता है, कोई गुरसिख है, कोई नहीं है, कोई किसी सोच का मालिक है, कोई शराब के सेवन नू ठीक समझता है, कोई नॉन वैज खाना ठीक समझता है, हर एक दी अपनी अपनी सोच है। और उस सैशन पवित्र सैशन है, यानी कि सैशन को विधानसभा कोई नहीं पवित्र, मगर गुरु घर की जड़िया मर्यादा ने, भावें गुरु घर की, वो तुसी सैशन च बह के नहीं कोई कर सकते। कोई जाके इतों ये नहीं कह सकता कि तिरुपति मंदिर की सेवावां होनी चाहिए, कि फलानी जगह चर्च च की फैसले होने चाहिए, जां हरिमंदर साहब या अकाल तख्त साहब की करन, ये सारी चीज़ां किथे ना किथे नहीं शोभदा। सानू आपदी लिमिट च रहना चाहिए इस विधान घर, मतलब ये नहीं कि लोगों ने चुनता तो असी कही कि रब का रूप बन गए, मतलब आपदी वो हैसीयत च रहना। और ठीक है, सुझा है, तुसी करैक्ट फोरम पर जाके गल करो, हुण ये थोड़ी असैम्बली रेजोल्यूशन तो रेजोल्यूशन पास करी जो कल कोई कहूगा जी अयोध्या से तो फलानी चीज़ होनी चाहिए, ये चीज़ा शोभ दिया ने, ये एथिकली ठीक नहीं लग दिया। लगता कि राजनीति नू धर्म तो थोड़ा जा रखना चाहिए। मैनू जी गल जची नहीं, एवें मैं थानू दसा, सजा होने रखो, सजा रखन तो देखो ये फ्री वर्ल्ड है, सजा रखो, मगर जे कोई हुण तुसी है एक धर्म नाल संबंधित, मैं कहूँगा नहीं जी तुसी गणेश जी की पूजा क्यों करते हो, शिव जी की क्यों नहीं करते, देखो ये थोड़ी सोच है, तुसी शिव जी नू पूजना चाहुंदे हो, गणेश जी नू पूजना चाहुंदे हो, राम श्री रामचंद्र महाराज जी नू पूजना चाहुंदे हो, ये साडा तां नहीं ना काम। हुण कोई विधानसभा च बह के फैसले सुनाई जावे कि कौन की करे, एक पासे तां रौला पाउंदे कि क्यों कई पार्टियां दा, एक कांग्रेस आप ही रौला पाउंदी सी कि देश च की खाया जाना चाहीदा, की पैना चाहीदा, इहदे किवें कोई दस सकदा, हुण तुसी की काम शुरू करता। ये गल्लां सोच विचारन वालियां ने, संजीदगियां वालियां ने, एवें सियासी 550 साल मना रहे, किहड़े चक्करां च तुसी पै गए। गुरु की खुशियां लैण वाले बनो, गुरु के चरणों का ध्यान रखो, गुरु की बख्शिशां लैण वाले बनो जी। बिल्कुल, ऐसी के विक्रम मजीठिया जिन्हां ने 9 नवंबर होने वाले समागमों बारे दस्या विस्तारपूर्वक कि किस तरह समागम इत्थे होणगे ते कौन कौन शख्सियतां इहदे शिरकत करन जा रहीयां। तुहानूं पंडाल दिखा दिंदे आ, जिस इस पंडाल दे विच जिहड़ा हैगा प्रधानमंत्री नरेंद्र मोदी वल्लों जो शिरकत की जानी है, तो इतने अखंड पाठ साहब के जोड़े भोग पाठ रखे गए हैं उसका भोग पैना, तो इस तो बाद करतारपुर कोरीडोर का उद्घाटन प्रधानमंत्री नरेंद्र मोदी वालों किया जाना, तो दूजे पासे वड्डे समागम जोड़े है इतने 9 नवंबर तो लैके 12 नवंबर तक हो गए, तो विक्रम मजीठिया वालों सारे ही सिख संगतों को, सारी राजनीतिक आगुआन इस समागमों में शिरकत करने की अपील की गई है। कैमरामैन रोहित के नाल विवेक टल, दैनिक सवेरा टीवी, डेरा बाबा नानक।